ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆਪ ਜੀ ਦਾ ਸੰਗਤ ਟੈਲੀਵਿਜ਼ਨ ਮਾਧਿਮ ਦੇ ਰਾਹੀਂ ਸੰਗਤ ਟੈਲੀਵਿਜ਼ਨ ਉਪਰ ਇੱਕ ਵਾਰੀ ਫੇਰ ਮੈਂ ਆਪ ਜੀ ਦਾ ਦਾਸ ਗੁਰਦੀਪ ਸਿੰਘ ਆਪ ਜੀ ਦਾ ਸਵਾਗਤ ਕਰਦਾ ਹਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਅੱਜ ਫੇਰ ਮੈਂ ਆਪ ਜੀ ਦਾ ਦਾਸ ਅੱਜ ਦਾ ਆਪਣਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਇਸ ਹਫਤੇ ਆਪਾਂ ਚੱਪੜ ਚਿੜੀ ਦਾ ਉਹ ਮੁਬਾਰਕ ਦਿਹਾੜਾ ਵੀ ਮਨਾਇਆ ਹੈ ਜਿਸ ਦਿਨ ਸਰਹੰਦ ਦੇ ਲਾਗੇ ਚੱਪੜ ਚਿੜੀ ਦੇ ਉਸ ਮਕਾਮ ਦੇ ਵਿੱਚ ਜਿੱਥੇ ਕਿ ਛੱਪੜ ਹੋਇਆ ਕਰਦਾ ਸੀ ਚੱਪੜ ਸ਼ਬਦ ਅਸਲ ਦੇ ਵਿੱਚ ਛੱਪੜ ਤੋਂ ਬਣਿਆ ਹੈ ਤਾਂ ਚੱਪੜ ਚਿੜੀ ਦੇ ਲਾਗੇ ਸਰਹੰਦ ਦੇ ਇਸ ਮਕਾਮ ਦੇ ਉੱਪਰ ਜੋ ਜੰਗ ਸਤਕਾਰਯੋਗ ਸੂਰਬੀਰ ਜੋਦੇ ਸੈਨਤ ਸਿਪਾਹੀ ਜਰਨਲ ਬਾਬਾ ਸਾਹਿਬ ਬਾਬਾ ਬੰਦਰ ਸਿੰਘ ਜੀ ਬਹਾਦਰ ਹੋਣਾ ਬਲੋਂ ਆਪਣੇ ਗੁਰਸਿੱਖਾਂ ਨੂੰ ਨਾਲ ਲੈ ਕੇ ਲੜੀ ਗਈ ਕਿ ਕਿ ਆਪਸਾਰੇ ਇਤਿਹਾਸ ਜਾਣਦੇ ਆ ਕਿ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਸਤਗੁਰ ਪਾਤਸ਼ਾਹ ਮਹਾਂਬਲੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਤੋਂ ਥਾਪੜਾ ਪ੍ਰਾਪਤ ਪੰਜ ਤੀਰ ਲੈ ਕੇ ਚੱਲੇ ਸਨ ਔਰ ਸਤਗੁਰਾਂ ਜੀ ਤੋਂ ਥਾਪੜਾ ਪ੍ਰਾਪਤ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ ਦੀ ਉਸ ਵਕਤ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਔਰ ਸਰਹੰਦ ਦਾ ਜਿਹੜਾ ਗਵਰਨਰ ਸੀ ਉਸ ਵਕਤ ਵਜ਼ੀਰ ਖਾਂ ਉਸ ਨੂੰ ਕਤਲ ਕਰ ਦਿੱਤਾ ਸਰਹੰਦ ਦੇ ਵਜ਼ੀਰ ਤੇ ਬਾਬਤ ਵਜ਼ੀਰ ਖਾਨ ਦੇ ਬਾਬਤ ਜਿਹੜਾ ਗਵਰਨਰ ਸੀ ਉਸ ਦੇ ਬਾਬਤ ਆਪ ਸਾਰੇ ਜਾਣਦੇ ਆ ਕਿ ਇਸ ਨੇ ਹੀ ਕੌਜ਼ੀ ਬੋਰਾ ਤੋਂ ਇਸ ਕੱਲ ਦਾ ਫਤਵਾ ਪੜਾਇਆ ਸੀ ਕਿ ਜਿਹੜੇ ਛੋਟੇ ਸਹਬਜ਼ਾਦੇ ਨੇ ਸਤਗੁਰ ਪਾਤਸ਼ਾਹ ਜੀ ਦੇ ਸਹਬਜ਼ਾਦਾ ਜੁਰਾਇਵਰ ਸਿੰਘ ਸਾਹਿਬ ਜੀ ਸਹਬਜ਼ਾਦਾ ਫਤਿਹ ਸਿੰਘ ਸਾਹਿਬ ਜੀ ਉਹਨਾ ਛੋਟੇ ਸਹਿਬਜ਼ਾਦੀਆਂ ਨੂੰ ਨੀਹਾਂ ਦੇ ਵਿੱਚ ਚਣਵਾਏ ਜਾਣ ਦੇ ਲਈ ਇਸ ਵਜ਼ੀਰਖਾਨੇ ਆਰਡਰ ਜਾਰੀ ਕੀਤਾ ਸੀ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇਤਿਹਾਸ ਹੈ ਕਿ ਇੰਨੇ ਛੋਟੇ ਬਾਲਕ ਜਿਹੜੇ ਕਿ ਬਹੁਤ ਹੀ ਛੋਟੀ ਉਮਰ ਦੇ ਵਿੱਚ ਵਿਚਰ ਰਹੇ ਨੇ ਉਹਨਾਂ ਨੂੰ ਇੰਨੇ ਤਸੀਹੇ ਦਿੱਤੇ ਜਾਣੇ ਜਦੋਂ ਉਹਨਾਂ ਦਾ ਆਪ ਪਾਵਨ ਸ਼ਹਾਦਤ ਦਿਹਾੜਾ ਮਨਾਵਾਂਗੇ ਦਸੰਬਰ ਦੇ ਮਹੀਨੇ ਦੇ ਵਿੱਚ ਤਾਂ ਵਿਸਤਾਰ ਦੇ ਵਿੱਚ ਗੱਲ ਕਰਾਂਗੇ ਸ਼ਾਰਟ ਦੇ ਵਿੱਚ ਤਾਂ ਮੈਂ ਆਪ ਜੀ ਨੂੰ ਸਿਰਫ ਇੰਨਾ ਹੀ ਦੱਸਦਾ ਚੱਲਾਂ ਕਿ ਜਿਸ ਵਕਤ وزیر ਖਾਨ ਨੇ ਇਹਨਾਂ ਬੱਚਿਆਂ ਨੂੰ ਸ਼ਹੀਦ ਕੀਤਾ ਜਾਣਾ ਸੀ ਤਾਂ ਉਸ ਵਕਤ ਫਤਵਾ ਪੜਾਇਆ ਜਾਣਾ ਸੀ ਤਾਂ ਉਸ ਵਕਤ ਇਸਲਾਮਿਕ ਸ਼ਰ੍ਹਾਤ ਦੇ ਮਤਾਬਕ ਛੋਟੇ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 10-12 ਸਾਲ ਤੋਂ ਘੱਟ ਹੋਵੇ ਉਹਨਾਂ ਨੂੰ ਸਜ਼ਾ ਸਜ਼ਾਏ ਮੌਤ ਨਹੀਂ ਦਿੱਤੀ ਜਾ ਸਕਦੀ ਇਸ ਕਰਕੇ ਕਾਫੀ ਖਦਸ਼ਾ ਉਸ ਵਕਤ ਬਣ ਚੁੱਕਿਆ ਸੀ ਤਾਂ ਵਜ਼ੀਰ ਖਾਨ ਨੇ ਸ਼ੇਰ ਮੁਹੰਮਦ ਖਾਨ ਨੂੰ ਬੁਲਾਇਆ ਸੀ ਇਹ ਕਹਿ ਕੇ ਕਿ ਤੇਰੇ ਪਰਾਦਾ ਗੁਰਗੋਬਿੰਦ ਸਿੰਘ ਜੀ ਨੇ ਕਤਲ ਕੀਤਾ ਸੀ ਅੱਜ ਉਹਨਾਂ ਦੇ ਬੱਚੇ ਸਾਡੀ ਗ੍ਰਿਫਤ ਵਿੱਚ ਨੇ ਅਗਰ ਤੂੰ ਚਾਹੇ ਤਾਂ ਬਦਲਾ ਲੈ ਸਕਦਾ ਹੈ ਲੇਕਿਨ ਇਤਿਹਾਸ ਗਵਾਹ ਹੈ ਕਿ ਸ਼ੇਰ ਮੁਹੰਮਦ ਖਾਨ ਨੇ ਸ਼ੇਰਾਂ ਵਾਲਾ ਜਵਾਬ ਦਿੱਤਾ ਸੀ ਕਿ ਜੇ ਸਤਗੁਰੂ ਗੁਰਗੋਬਿੰਦ ਸਿੰਘ ਜੀ ਹੁੰਦੇ ਤਾਂ ਗੱਲ ਹੋਰ ਸੀ ਪਰ ਉਹਨਾਂ ਦੇ ਬੱਚਿਆਂ ਪਾਸੋਂ ਮੈਂ ਕੋਈ ਬਦਲਾ ਨਹੀਂ ਲੈਣਾ ਇੱਕ ਹਾ ਦਾ ਨਾਰਾ ਲੇਕਿਨ ਜ਼ਾਹਿਰ ਤੌਰ ਉਪਰ ਉਸੇ ਵਕਤ ਜਿਸ ਵਕਤ ਉਹਨਾਂ ਨੂੰ ਛੱਡਿਆ ਜਾਣ ਲੱਗਾ ਅ ਤਕ੍ਰਿਤ ਦੁਨੀ ਰਾਮ ਹੰਡੂਰੀਆ ਜੀ ਦੀ ਇੱਕ ਪੁਸਤਕ ਹੈ ਜਿਹੜੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਅੱਜ ਵੀ ਮੌਜੂਦ ਹੈ ਉਸ ਦੇ ਵਿੱਚ ਲਿਖਿਆ ਕਿ ਉਸ ਵਕਤ ਸੁਚਾ ਨਾ ਆਨੰਦ ਨਾਮ ਦਾ ਇੱਕ ਹਿੰਦੂ ਉੱਠਿਆ ਮੈਂ ਇੱਥੇ ਇੱਕ ਗੱਲ ਕਲੀਅਰ ਕਰਦਾ ਚੱਲਾਂ ਕਿ ਹਰ ਕੌਮ ਦੇ ਵਿੱਚ ਸਾਰੇ ਮਾੜੇ ਨਹੀਂ ਹੁੰਦੇ ਹਰ ਕੌਮ ਦੇ ਵਿੱਚ ਸਾਰੇ ਚੰਗੇ ਨਹੀਂ ਹੁੰਦੇ ਜਿੱਥੇ ਵਜ਼ੀਰ ਖਾਨ ਮਾੜਾ ਹੈ ਉੱਥੇ ਸ਼ੇਰ ਮੁਹੰਮਦ ਖਾਨ ਚੰਗਾ ਵੀ ਹੈ ਜਿੱਥੇ ਅ ਸੋਚਾਨੰਦ ਮਾੜਾ ਉਥੇ ਰਾਜਾ ਟੋਡਰ ਮਲ ਜੀ ਨੂੰ ਵੀ ਆਪਾਂ ਕਿਵੇਂ ਭੁੱਲ ਸਕਦੇ ਆ ਜਿਨ੍ਹਾਂ ਨੇ ਆਪਣੀ ਜ਼ਮੀਨ ਵੇਚ ਕੇ ਉਹ ਆਪਣਾ ਸਾਰਾ ਘਰ-ਕਾਟ ਵੇਚ ਕੇ ਉਥੇ ਮੋਹਰਾ ਬਿਚਾ ਦਿੱਤੀਆਂ ਸਨ ਜਿੱਥੇ ਛੋਟੇ ਸਹਬਜ਼ਾਦੇ ਹੁੰਦਾ ਔਰ ਮਾਤਾ ਜੀ ਦਾ ਮਾਤ ਗੁਜਰੀ ਜੀ ਦਾ ਸਸਕਾਰ ਹੋਣਾ ਸੀ ਤੋਂ ਹਰ ਕੌਮ ਦੇ ਵਿੱਚ ਸਾਰੇ ਮਾੜੇ ਨਹੀਂ ਹਰ ਕੌਮ ਦੇ ਵਿੱਚ ਸਾਰੇ ਚੰਗੇ ਨਹੀਂ ਇਸ ਕਰਕੇ ਆਪਾਂ ਕਿਵੇਂ ਭੁੱਲ ਸਕਦੇ ਆ ਮੋਤੀ ਮਹਿਰਾ ਜੀ ਨੂੰ ਜਿਹੜੇ ਕਿ ਛੋਟੇ ਸਹਬਜ਼ਾਦੇ ਨੂੰ ਉਸ ਛੰਡੀਆਂ ਬਰਫੀਲੀ ਹਵਾਵਾਂ ਦੇ ਵਿੱਚ ਦੁੱਧ ਪਿਆਣ ਆਇਆ ਕਰਦੇ ਸਨ ਉਸ ਠੰਡੇ ਬੁਰਜ ਦੇ ਵਿੱਚ ਤੋ ਕਰਤ ਦੁਨੀਰਾਮ ਹੰਡੂਰੀਆ ਦੀ ਪੁਸਤਕ ਦਾ ਜ਼ਿਕਰ ਕਰਦੇ ਸੀ ਜਿਸ ਤੇ ਵਿੱਚ ਲਿਖਿਆ ਹੈ ਕਿ ਸੁਚਾ ਅਨੰਦ ਉਸ ਵਕਤ ਉੱਠਿਆ ਔਰ ਉਸਨੇ ਉਹਨਾਂ ਸਹਿਬਜ਼ਾਦਿਆਂ ਪਾਸੋਂ ਇਹ ਸਵਾਲ ਪੁੱਛਿਆ ਕਿ ਜੇ ਛੱਡ ਦਿੱਤਾ ਜਾ ਰਿਹਾ ਹੈ ਤੁਹਾਨੂੰ ਤਾਂ ਕੀ ਕਰੋਗੇ ਜਵਾਬ ਸਿਰਫ ਸਿੰਪਲ ਸੀ ਸਾਦਾ ਸੀ ਕਿ ਫੌਜਾਂ ਇਕੱਤਰ ਕਰਾਂਗੇ ਔਰ ਤੇਰੀ ਇਸ ਜ਼ੁਲਮ ਹਕੂਮਤ ਨੂੰ ਖਤਮ ਕਰਾਂਗੇ ਕਿਉਂਕਿ ਸਾਡਾ ਮਕਸਦ ਜ਼ੁਲਮ ਨੂੰ ਖਤਮ ਕਰਨਾ ਹੈ ਤੂੰ ਆਪਣੀ ਜ਼ੁਲਮ ਦੀ ਹਕੂਮਤ ਆਪਣੇ ਆਪ ਖਤਮ ਕਰ ਲੈ ਹਕੂਮਤ ਚੰਗੀ ਕਰ ਦੇ ਸਾਨੂੰ ਤੇਰੀ ਹਕੂਮਤ ਨਾਲ ਕੋਈ ਇਤਰਾਜ਼ ਨਹੀਂ ਪਰ ਕਿਉਂਕਿ ਤੇਰੀ ਹਕੂਮਤ ਵਿੱਚ ਸਿਰਫ ਜ਼ੁਲਮ ਹੋ ਰਿਹਾ ਹੈ ਇਸ ਕਰਕੇ ਜ਼ੁਲਮੀ ਹਕੂਮਤ ਦਾ ਨਾਸ ਜਿਹੜਾ ਹੈ ਸਰਬਨਾਸ਼ ਕਰਨਾ ਸਾਡਾ ਧਰਮ ਹੈ ਸਾਡਾ ਕਰਮ ਹੈ ਫੇਰ ਛੱਡ ਦੇਾਂਗੇ ਫੇਰ ਉਹੀ ਕਰਾਂਗੇ ਔਰ ਜਵਾਬ ਸੀ ਕਿ ਸੁਣ ਲੈ ਸੁਚਾਨੰਦ ਜਿੰਨੀ ਦੇਰ ਤੱਕ ਤੇਰੇ ਜ਼ੁਲਮ ਦਾ ਖਤਮ ਨਹੀਂ ਕਰ ਦਿੰਦਾ ਖਾਲਸਾ ਉਨੀ ਦੇਰ ਤੱਕ ਖਾਲਸਾ ਸਬਰ ਦੇ ਨਾਲ ਨਹੀਂ ਬੈਠੇਗਾ ਚੈਨ ਦੇ ਨਾਲ ਨਹੀਂ ਬੈਠੇਗਾ ਤਾਂ ਉਸ ਵਕਤ ਫਿਰ ਕਿਰਤ ਦੁਨੀ ਰਾਮ ਜੀ ਹੰਡੂਰੀਆ ਕਹਿੰਦੇ ਨੇ ਕਿ ਸੁੱਚਾ ਆਨੰਦ ਨੇ ਕਿਹਾ ਕਿ ਨਿੱਕੇ ਬਾਲਕ ਤੁਮ ਮਤ ਜਾਨੋ 나ਗੋਂ ਕੇ ਇਹ ਪੁੱਤ ਬਖਿਆਨੋ ਤੁਮਰੇ ਹਾਥ ਆਜ ਯੇ ਆਏ ਕਰੋ ਅਭੈ ਆਪਣੀ ਮਨ ਪਾਏ ਕਿ ਇਹਨਾਂ ਨੂੰ ਤੁਸੀਂ ਨਿੱਕੇ ਬੱਚੇ ਨਾ ਜਾਣੋ ਕਿ ਇਹ ਛੋਟੀ ਛੋਟੀ ਉਮਰ ਦੇ ਬੱਚੇ ਨੇ ਨਿੱਕੇ ਬਾਲਕ ਤੁਮ ਮਤ ਜਾਨੋ 나ਗੋਂ ਕੇ ਪੁੱਤ ਬਖਿਆਨੋ ਯਾਨੀ ਕਿ ਸੁਚਨੰਦ ਨੇ ਸਤਗੁਰ ਪਾਤਸ਼ਾਹ ਜੀ ਦੇ ਇਸ ਬੱਚਿਆਂ ਨੂੰ ਸਾਬ ਜਦੇ ਨੂੰ ਇਸ ਸ਼ਬਦ ਦੇ ਨਾਲ ਜੋ ਕਿ ਬਹੁਤ ਕਿਨ ਹੋਣਾ ਸ਼ਬਦ ਹੈ ਨਾਗੋ ਕੇ ਤੁੰਪੂਤ ਬਖੈਨੋ ਵੀ ਸਪਾਂ ਦੇ ਪੁੱਤ ਨੇ ਵੈਸੇ ਮੈਂ ਆਪ ਜੀ ਨੂੰ ਦੱਸਦਾ ਚੱਲਾਂ ਕਿ ਸਿੱਖ ਸੰਦਰਭ ਦੇ ਵਿੱਚ ਅਸੀਂ ਆਪਣੇ ਬੱਚੇ ਨੂੰ ਪੁਚੰਗੀ ਵੀ ਕਹਿੰਦੇ ਆ ਆਪ ਜੀ ਨੂੰ ਪਤਾ ਵੀ ਹੋਏਗਾ ਜਪ ਸਾਹਿਬ ਦਾ ਪਾਠ ਕਰਦੇ ਹੋ ਨਾ ਤਾਂ ਜਪ ਸਾਹਿਬ ਜੀ ਦੇ ਪਾਠ ਦੇ ਵਿੱਚ ਇੱਕ ਪੁਚੰਗ ਪ੍ਰਯਾਦ ਛੰਦ ਆਇਆ ਉੱਥੇ ਵੀ ਪੁਚੰਗ ਦਾ ਮਤਲਬ ਦੇਖ ਲੈਣਾ ਪੁਚੰਗ ਦਾ ਮਤਲਬ ਹੈ ਪਤਲੀ ਪੂਛ ਵਾਲਾ ਇੱਕ ਫਨੀਅਰ ਸੱਪ ਜਿਸ ਦੇ ਕੋਲ ਬੈਠ ਜਾਓ ਤੇ ਉਹ ਤੁਹਾਨੂੰ ਕੁਝ ਨਹੀਂ ਕਹਿੰਦਾ ਲੇਕਿਨ ਅਗਰ ਉਸ ਨੂੰ ਟੱਚ ਕਰੋ ਉਸ ਨੂੰ ਛੂਹੋ ਤਾਂ ਫਿਰ ਛੱਡਦਾ ਨਹੀਂ ਹੈ। ਤੋਂ ਅਸੀਂ ਤਾਂ ਵੈਸੇ ਹੀ ਆਪਣੇ ਬੱਚਿਆਂ ਨੂੰ ਪੁਚੰਗੀ ਕਹਿੰਦੇ ਆ। ਤੋਂ ਉੱਥੇ ਵੀ ਪੁਚੰਗੀ ਦਾ ਮਤਲਬ ਕਿਵੇਂ ਕਰਨੀ ਸੱਪ ਹੀ ਹੈ। ਲੇਕਿਨ ਉਸ ਨੇ ਕਿਸ ਮਨਸ਼ਾ ਦੇ ਨਾਲ ਕਿਹਾ ਕਿ ਨੀਕੇ ਮਾਲਕ ਤੋਂ ਮਮਤ ਜਾਨੋ, ਨਾਗੋਂ ਕੇ ਇਹ ਪੂਤ ਬਖਿਆਨੋ, ਤੁਮਰੇ ਹੱਥ ਆ ਜੇ ਆਏ ਕਰੋ ਅਬੇ ਆਪਣੀ ਮਨ ਭਾਈ, ਆਜੇ ਤੇਰੇ ਹੱਥ ਆ ਗਏ ਨਹੀਂ ਇਹਨਾਂ ਨੂੰ ਛੱਡਣ ਦੀ ਗਲਤੀ ਨਾ ਕਰੀ। ਬਾਦ ਦੇ ਵਿੱਚ ਫਿਰ ਆਪਾਂ ਸਾਰੀ ਇਤਿਹਾਸ ਜਾਣਦੇ ਹਾਂ ਕਿ ਸ਼ਸ਼ਾਲ ਬੇਗ ਤੇ ਮਸ਼ਾਲ ਬੇਗ ਦੋ ਜਿਹੜੇ ਜਲਾਲ ਸਨ ਆਪਣਾ ਉੱਥੇ ਮੁਕਦਮਾ ਭੁਗਤਣ ਆਏ ਸਨ ਉਹਨਾਂ ਨੂੰ ਕਿਹਾ ਸੀ ਕਿ ਤੁਹਾਨੂੰ ਤੁਹਾਡੇ ਮੁਕਦਮੇ ਦੇ ਵਿੱਚ ਬਰੀ ਕਰ ਦਿੱਤਾ ਜਾਏਗਾ ਤੁਸੀਂ ਇਹਨਾਂ ਛੋਟੇ ਬੱਚਿਆਂ ਨੂੰ ਕਿਉਂਕਿ ਛੋਟੇ ਬੱਚਿਆਂ ਨੂੰ ਨਿਆਂ ਦੇ ਵਿੱਚ ਜਾਣਨ ਦੇ ਲਈ ਕੋਈ ਤਿਆਰ ਨਹੀਂ ਸੀ ਹੋ ਰਿਹਾ ਤਾਂ ਇੱਕ ਲੰਮਾ ਇਤਿਹਾਸ ਹੈ ਜਦੋਂ ਦਸੰਬਰ ਮਹੀਨੇ ਦੇ ਵਿੱਚ ਆਪਾਂ ਛੋਟੇ ਸਹਿਬਜ਼ਾਦਿਆਂ ਦੀ ਵੱਡੇ ਸਹਿਬਜ਼ਾਦੇ ਦੀ ਪਾਵਨ ਸ਼ਹਾਦਤ ਮਨਾਵਾਂਗੇ ਤਾਂ ਆਪਾਂ ਸੰਗਤ ਟੈਲੀਵਿਜ਼ਨ ਉੱਪਰ ਭਰਪੂਰ ਜਾਣਕਾਰੀ ਦੇ ਨਾਲ ਉਹਨਾਂ ਸ਼ਹਾਦਤਾਂ ਦਾ ਵੀ ਜ਼ਿਕਰ ਕਰਾਂਗੇ ਕਿਉਂਕਿ ਆਪਾਂ ਪਿਛ ਹfte ਗੁਰੂ ਅਰਜਨ ਦੇ ਮਹਾਰਾਜ ਜੀ ਦਾ ਵੀ ਪਾਵਨ ਪ੍ਰਕਾਸ਼ ਪੁਰਬ ਮਨਾਇਆ ਹੈ ਗੱਲ ਸ਼ਹਾਦਤ ਦੀ ਹੈ ਤਾਂ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਗੁਰੂ ਪ੍ਰਥਾ ਦੇ ਵਿੱਚ ਸਭ ਤੋਂ ਪਹਿਲੀ ਸ਼ਹਾਦਤ ਦੇ ਕੇ ਇਸ ਸ਼ਹਾਦਤ ਦੀ ਪਰੰਪਰਾ ਨੂੰ ਤੋੜਿਆ ਸੀ ਔਰ ਸ਼ਹੀਦ ਕੀ ਹੈ ਇਸ ਦੀ ਪਰਿਭਾਸ਼ਾ ਜ਼ਰੂਰ ਥੋੜੀ ਜੀ ਇਸ ਕਰਕੇ ਦੇਣੀ ਬਣਦੀ ਹੈ ਕਿਉਂਕਿ ਜ਼ਾਹਿਰ ਤੌਰ ਉੱਪਰ ਸ਼ਹੀਦ ਜਿਹੜਾ ਹੈ ਸ਼ੇਖ ਸਾਦੀ ਕਹਿੰਦਾ ਕਿ ਸ਼ਹੀਦ ਆਪਣੇ ਖੂਨ ਦੇ ਨਾਲ ਜ਼ੁਲਮ ਦੀ ਹਨੇਰੀ ਨੂੰ ਰੋੜ ਕੇ ਲੈ ਜਾਂਦਾ ਹੈ ਤੇ ਨੈਪੋਲੀਅਮ ਨੇ ਇੱਕ ਗੱਲ ਬੜੀ ਖੂਬਸੂਰਤ ਲਿਖੀ ਹੈ ਨੈਪੋਲੀਅਨ ਕਹਿੰਦਾ ਕਿ ਇਟ ਇਜ਼ ਨੋਟ ਇਨ ਡੈਥ ਬਟ ਅ ਕੌਜ਼ ਮੇਕਸ ਅ ਮੈਨ ਮੋਰਟੇਟ ਕਹਿੰਦਾ ਮੌਤ ਕਿਸੇ ਵਿਅਕਤੀ ਨੂੰ ਸ਼ਹੀਦ ਨਹੀਂ ਕਰਦੀ ਬਲਕਿ ਉਹ ਮੰਤਵ ਉਹ ਕੌਜ਼ ਜਿਸ ਮੰਤਵ ਦੀ ਪ੍ਰਾਪਤੀ ਦੇ ਲਈ ਕੋਈ ਵਿਅਕਤੀ ਜਿਸ ਨੂੰ ਪਤਾ ਹੈ ਕਿ ਇਸ ਮੰਤਵ ਨੂੰ ਪ੍ਰਾਪਤ ਕਰਨ ਦੇ ਲਈ ਮੈਂ ਜੇ ਜਾ ਰਿਹਾ ਤੇ ਜੇ ਮੈਂ ਜਾ ਰਿਹਾ ਮੰਤਵ ਪ੍ਰਾਪਤ ਕਰਨ ਦੇ ਵਾਸਤੇ ਤਾਂ ਇਸ ਮੰਤਵ ਨੂੰ ਪ੍ਰਾਪਤ ਕਰਦਿਆਂ ਕਰਦਿਆਂ ਮੇਰੀ ਮੌਤ ਵੀ ਹੋ ਸਕਦੀ ਹੈ ਅਗਰ ਪਤਾ ਹੈ ਕਿ ਉਸ ਦੀ ਮੌਤ ਹੋ ਸਕਦੀ ਹੈ ਫਿਰ ਵੀ ਉਸ ਕਾਰਜ ਨੂੰ ਕਰਨ ਦੇ ਲਈ ਉਹ ਜਾਂਦਾ ਹੈ ਤਨੇਪੋਲਿੰਕ ਅੰਦਰ ਚਾਹੇ ਮਰਿਆ ਯਾਨੀ ਮਰਿਆ ਹੋ ਸ਼ਹੀਦ ਹੈ ਲੇਕਿਨ ਸਾਡਾ ਰੋਲਾ ਅੱਜ ਵੀ ਇਹ ਰਿਹਾ ਕਿ ਉਹ ਜਿਸਮਾਨੀ ਤੌਰ ਉਪਰ ਨਹੀਂ ਮਰੇ ਇਸ ਕਰਕੇ ਉਹਨਾਂ ਨੂੰ ਸ਼ਹੀਦ ਨਹੀਂ ਕਿਹਾ ਜਾ ਸਕਦਾ ਮੈਂ ਤੇ ਅੱਜ ਵੀ ਇਹ ਕਹਿਣਾ ਕਿ ਜਿਸਮਾਨੀ ਤੌਰ ਪਰ ਮੌਤ ਦਾ ਸਿੱਖ ਦੇ ਨਾਲ ਕੋਈ ਵਾਸਤਾ ਨਹੀਂ ਹੈ ਜਿਸ ਵਕਤ ਕਿਸੇ ਪੁਰਖ ਨੇ ਯੁੱਗ ਪੁਰਖ ਨੇ ਮਹਾਪੁਰਖ ਨੇ ਇਹ ਬੀੜਾ ਚੁਕ ਲਿਆ ਜਿਸ ਵਕਤ ਇਹ ਫੈਸਲਾ ਲੈ ਲਿਆ ਦੋ ਗੁਰਸਿੱਖਾਂ ਵੱਲੋਂ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਕਿ ਅਸੀਂ ਉਸ ਪਾਸੋਂ ਬਦਲਾ ਲੈਣਾ ਹੈ ਜਿਸ ਨੇ ਹਰਿਮੰਦਰ ਨੂੰ ਢਾਇਆ ਉਸੇ ਵਕਤ ਸ਼ਹਾਦਤ ਸ਼ੁਰੂ ਹੋ ਗਈ ਭਾਵੇਂ ਉਹਨਾਂ ਨੂੰ ਤੁਸੀਂ ਜਿੰਦਾ ਸ਼ਹੀਦ ਕਹੋ ਜਾਂ ਕਿਸੇ ਵੀ ਤਰੀਕੇ ਦੇ ਨਾਲ ਸ਼ਹੀਦ ਦੀ ਆਪਾਂ ਸਹੀ ਮene ਵਿੱਚ ਪਰਵਾਸਾ ਹੀ ਨਹੀਂ ਸਮਝ ਸਕੇ ਤੋ ਨੇਪੋਲਿਨ ਨੇ ਇਹ ਸ਼ਹੀਦ ਦੀ ਜਿਹੜੀ ਪਰਭਾਸ਼ਾ ਦੱਸੀ ਹੈ ਤੋ ਇਸ ਦੇ ਬਾਬਤ ਆਪਾਂ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਜਿਹੜੀ ਸ਼ਹਾਦਤ ਦੀ ਗੱਲ ਜਿਹੜੀ ਹੈ ਉਹ ਉਸ ਵਕਤ ਕਰਾਂਗੇ ਜਦੋਂ ਆਪਾਂ ਅਗਲੇ ਮਹੀਨੇ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਹਾਦਤ ਦਿਹਾੜਾ ਵੀ ਮਨਾਵਾਂਗੇ ਤੋ ਭਰਪੂਰ ਜਾਣਕਾਰੀ ਦੇ ਨਾਲ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਾਂਗਾ ਤੋ ਚੱਪੜਚੀੜੀ ਦੇ ਮੈਦਾਨ ਦੇ ਵਿੱਚ ਇਹ ਜੰਗ ਜਿਹੜੀ ਹੈ ਉਹ ਲੜੀ ਗਈ ਹੈ ਜੋ ਇਸ ਹਫਤੇ ਲੜੀ ਗਈ ਹੈ ਔਰ ਇਸ ਮੈਦਾਨ ਦੇ ਵਿੱਚ ਵਜ਼ੀਰ ਖਾਨ ਨੂੰ ਖੇਤ ਕੀਤਾ ਵਜ਼ੀਰ ਖਾਨ ਨੂੰ ਜਾਨੋਂ ਤੋ ਮਾਰ ਦਿੱਤਾ ਹੈ ਲੇਕਿਨ ਜਦੋਂ ਚੱਪੜਚਿੜੀ ਦੇ ਲਈ ਬਾਬਾ ਸਾਹਿਬ ਆਵਾ ਬੰਦਾ ਸਿੰਘ ਸਾਹਿਬ ਜੀ ਦੀਆਂ ਫੌਜਾਂ ਸ਼ਹਿਰ ਦੇ ਅੰਦਰ ਦਾਖਲ ਹੋਈਆਂ ਨੇ ਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਹੋਣ ਨੂੰ ਜਿੱਥੇ ਸਫਲਤਾ ਮਿਲੀ ਹੈ ਕਿ ਉਹ ਵਜ਼ੀਰ ਖਾਨ ਨੂੰ ਕਤਲ ਕਰ ਸਕੇ ਨੇ گورنر ਸੀ ਜਿਹੜਾ ਉਸ ਵਕਤ ਦਾ ਸੂਬੇਦਾਰ ਸੀ ਜਿਹੜਾ ਉਸ ਵਕਤ ਦਾ ਉਸ ਦੇ ਨਾਲ ਹੀ ਨਾਲ 500 ਤੋਂ ਵੀ ਵੱਧ ਸਿੱਖਾਂ ਦੀ ਵੀ ਏਸੇ ਹੀ ਮੈਦਾਨ ਦੇ ਵਿੱਚ ਸ਼ਹਾਦਤ ਹੋਈ ਹੈ ਬਾਅਦ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਮੁਖਲਿਸਪੁਰ ਨਾਮ ਦੀ ਇੱਕ ਜਗ੍ਹਾ ਉੱਪਰ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰੂਣਾ ਨੇ ਆਪਣੇ ਕੈਂਪ ਲਗਾਏ ਨੇ ਔਰ ਉਸ ਜਗ੍ਹਾ ਉੱਪਰ ਬਾਬਾ ਸਾਹਿਬ ਜੀ ਨੇ ਮੁਖਲਿਸਪੁਰਦਾਹੀ ਇੱਕ ਕਿਲਾ ਹੈ ਉਸ ਕਿਲੇ ਦੇ ਉੱਪਰ ਜਦੋਂ ਕਬਜ਼ਾ ਕੀਤਾ ਤਾਂ ਉਸ ਕਿਲੇ ਨੂੰ ਉਹਨਾਂ ਨੇ ਰਿਪੇਅਰ ਕਰਵਾਇਆ ਕਿਉਂਕਿ ਕਿਲਾ ਕਾਫੀ ਖਸਤਾ ਹਾਲਤ ਦੇ ਵਿੱਚ ਸੀ ਔਰ ਉਸ ਕਿਲੇ ਦਾ ਨਾਮ ਆਪ ਜੀ ਨੇ ਲੋਹਗੜ ਰੱਖਿਆ ਹੈ ਤਾਂ ਕਿਲੇ ਅਸਲ ਦੇ ਵਿੱਚ ਮੈਂ ਇੱਥੇ ਆਪ ਜੀ ਨੂੰ ਇੱਕ ਗੱਲ ਹੋਰ ਵੀ ਦੱਸਣੀ ਚਾਹਾਂਗਾ ਆਪ ਜੀ ਦੇ ਚਰਨਾਂ ਦੇ ਵਿੱਚ ਨਿਸ਼ਰ ਕਰਨੀ ਚਾਹਾਂਗਾ ਕਿ ਕਿਲੇ ਬਣਾਣੇ ਬਾਜ ਰੱਖਣੇ ਸਤਗੁਰਾਂ ਜੀ ਵੱਲੋਂ ਕਲਗੀਆਂ ਸਜਾਈਆਂ ਜਾਣੀਆਂ ਇਹ ਸਭ ਸਾਰੀਆਂ ਦੀ ਸਾਰੀਆਂ ਗੱਲਾਂ ਇੱਕ ਰਾਜ ਦਾ ਪ੍ਰਤੀਕ ਹੈ ਕਿਉਂਕਿ ਰਾਜ ਸਿੱਖ ਦਾ ਕਰਮ ਨਹੀਂ ਹੈ ਰਾਜ ਸਿੱਖ ਦਾ ਧਰਮ ਹੈ ਇਹ ਵੱਖਰੀ ਗੱਲ ਹੈ ਕਿ ਅਸੀਂ ਅਜ ਰਾਜ ਲੈ ਸਕਣ ਦੇ ਕਾਬਿਲ ਨਹੀਂ ਹੋ ਸਕਰੇ ਇੱਕ ਅਲੱਗ ਵਿਸ਼ਾਏ ਲੰਬਾ ਵਿਸ਼ਾਏ ਇਸ 바ਤਵੀਂ ਮੈਂ ਕਿਸੇ ਵਕਤ ਵਿਚਾਰ ਕਰਾਂਗੇ ਕਿਉਂਕਿ ਜ਼ਾਹਰ ਤੌਰ ਉਪਰ ਜਿਸ ਵਕਤ ਅਸੀਂ ਦੇਖਦੇ ਹਾਂ ਕਿ ਕਿਵੇਂ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਇੱਕ ਦੂਸਰੇ ਦੀਆਂ ਪੱਗਾਂ ਉਤਾਰੀਆਂ ਜਾਂਦੀਆਂ ਨੇ ਪੌਂਟੇ ਪੈਂਟ ਦੇ ਪੌਂਚੇ ਖਿੱਚੇ ਜਾਂਦੇ ਨੇ ਉਸ ਵਕਤ ਇਹ ਸਾਰੀਆਂ ਗੱਲਾਂ ਬੜੀਆਂ ਨਿਰਮੂਲ ਜੀਆਂ ਹੋ ਕੇ ਰਹਿ ਜਾਂਦੀਆਂ ਕਿ ਕਿ ਅਸੀਂ ਇਰਾਜ ਕਰਨ ਦੇ ਕਾਬਿਲ ਹਾਂ ਮਾੜੀ ਜੀ ਗੱਲ ਹੁੰਦੀ ਨਹੀਂ ਕਿ ਇੱਕ ਦੂਜੇ ਨੂੰ ਉਹ ਜੀ ਇਹਨੂੰ ਕਰਦੇ ਹੋ ਇਹਨੂੰ ਆਹ ਕਰਦੇ ਹੋ ਸੋ ਥੀਸ ਆਰ ਦਾ ਨੌਨਸੈਂਸ ਥਿੰਗਸ ਜਿਹੜੀਆਂ ਕਿ ਹੋ ਰਹੀਆਂ ਨੇ ਹੋਣੀਆਂ ਨਹੀਂ ਚਾਹੀਦੀਆਂ ਤੋਂ ਉਸ ਵਕਤ ਬਾਬਾ ਸਾਹਿਬ ਬਾਬਾ ਬਦਨ ਸਿੰਘ ਜੀ ਬਹਾਦਰ ਉਹਨਾਂ ਨੇ ਲੋਗੜ ਦੇ ਉਸ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਚੁਲਾਇਆ ਤੇ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਸਤਿਗੁਰਾਂ ਜੀ ਵੱਲੋਂ ਬਾਜ ਦਾ ਰੱਖਿਆ ਜਾਣਾ ਜੰਗਾ ਕਿਲੇ ਜਾਂ ਪਾਲਕੀਆਂ ਵਿੱਚ ਬੈਠਣਾ ਜਾਂ ਇਕਲਗੀਆਂ ਲਗਾਈ ਜਾਣੀ ਇਹ ਇੱਕ ਰਾਜ ਦਾ ਪ੍ਰਤੀਕ ਸੀ ਕਿਉਂਕਿ ਜਿਹੜਾ ਰਾਜਾ ਹੁੰਦਾ ਸੀ ਨਗਾਰੇ বাজਾਏ ਜਾਣੇ ਇਹ ਵੀ ਰਾਜ ਦਾ ਪ੍ਰਤੀਕ ਸੀ ਕਿਵੇਂ ਜਿਸ ਵਕਤ ਭੀਮਸੈਨ ਜਿਹੜਾ ਰਾਜਾ ਭੀਮਸੈਨ ਜਿਹੜਾ ਬਾਜੀਤਾਰ ਦੇ Hindu ਰਾਜਿਆਂ ਦੇ ਵਿੱਚੋਂ ਸੀ ਇਹ ਸਤਿਗੁਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਜਦੋਂ ਪੇਸ਼ ਹੋਇਆ ਤਾਂ ਪਾਤਸ਼ਾਹੀ ਜੋ ਦਰਬਾਰ ਦੇ ਵਿੱਚ ਆਏ ਤਾਂ ਨਗਾਰੇ ਵਜਾਏ ਗਏ ਅਸਲ ਵਿੱਚ ਇਹ ਉਸ ਵਕਤ ਦੀ ਪ੍ਰਥਾ ਸੀ ਉਸ ਵਕਤ ਦੀ ਪਰੰਪਰਾ ਸੀ ਕਿ ਜਦੋਂ ਰਾਜਾ ਰਾਜ ਦਰਬਾਰ ਦੇ ਵਿੱਚ ਆਉਂਦਾ ਸੀ ਤਾਂ ਨਗਾਰੇ ਵਜਾਏ ਜਾਂਦੇ ਸਨ ਤੋਂ ਇਸ ਨੇ ਫਿਰ ਆਪਣੇ ਵਕਤ ਦੇ ਉਸ ਹਾਕਮ ਔਰੰਗਜ਼ੇਬ ਨੂੰ ਇੱਕ ਖੱਤ ਲਿਖਿਆ ਭੀਮ ਸੈਨ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਕਿਹੜੇ ਰਾਜ ਦੇ ਰਾਜਾ ਨੇ ਜਦੋਂ ਇਹ ਆਪਣੇ ਦਰਬਾਰ ਦੇ ਵਿੱਚ ਆਉਂਦੇ ਨੇ ਤਾਂ ਨਗਾਰੇ ਵਜਾਏ ਜਾਂਦੇ ਨੇ ਔਰ ਔਰੰਗਜ਼ੇਬ ਦੇ ਬਾਬਤ ਮੈਂ ਆਪ ਜੀ ਨੂੰ ਦੱਸਦਾ ਚੱਲਾਂ ਕਿ ਜਿਸ ਵਕਤ ਔਰੰਗਜ਼ੇਬ ਨੇ ਆਪਣੇ ਬੇਟੇ ਮੌਜ਼ਮ ਨੂੰ ਸ਼ਹਿਜ਼ਾਦਾ ਮੌਜ਼ਮ ਨੂੰ ਜਿਹੜਾ ਬਾਅਦ ਦੇ ਵਿੱਚ ਬਹਾਦਰ ਸ਼ਾਹ ਦਾ ਨਾਮ ਰੱਖ ਕੇ ਬੈਠਾ ਸੀ ਹਿੰਦੁਸਤਾਨ ਦੇ ਤਖਤ ਉੱਪਰ ਇਸ ਨੂੰ ਜਦੋਂ ਪੰਜਾਬ ਦੀ ਗਵਰਨਰਰੀ ਮਿਲੀ ਤਾਂ ਇਸ ਨੇ ਨਗਾਰਾ ਵਜਾ ਦਿੱਤਾ ਤੇ ਔਰੰਗਜ਼ੇਬ ਨੇ ਇਸ ਨੂੰ ਲਿਖ ਭੇਜਿਆ ਕਿ ਜਦੋਂ ਤੈਨੂੰ ਹਿੰਦੁਸਤਾਨ ਦਾ ਤਖਤ ਨਸੀਬ ਹੋਵੇ ਤਾਂ ਜ਼ਰੂਰ ਨਗਾਰੇ ਵਜਾਈਂ ਪਰ ਅਜੇ ਢੋਲ ਵਜਾ ਕੇ ਸਬਰ ਕਰ ਕਿਉਂਕਿ ਨਗਾਰਾ ਵਜਾਣਾ ਕੇਵਲ ਰਾਜੇ ਦਾ ਕੰਮ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਆਪ ਨੂੰ ਰਾਜਾ ਡਿਕਲੇਅਰ ਤੋ ਇੱਕ ਰਾਜੇ ਦੀ ਲੜਾਈ ਰਾਜੇ ਨਾਲ ਸੀ ਔਰੰਗਜ਼ੇਬ ਵੀ ਰਾਜਾ ਸੀ ਹੁਣ ਉਸਨੇ ਹਿੰਦੂ ਨੇ ਬਾਈ ਧਾਰ ਦਾ ਜਿਹੜਾ ਰਾਜਾ ਸੀ ਉਸਨੇ ਖਤ ਲਿਖਿਆ ਕਿ ਗੁਰਗੋਬਿੰਦ ਸਿੰਘ ਕਿਹੜੇ ਨਗਰ ਦਾ ਰਾਜਾ ਹੈ ਜੋ ਇਹ ਆਪਣੇ ਦਰਬਾਰ ਦੇ ਵਿੱਚ ਆਉਂਦਾ ਹੈ ਤਾਂ ਨਗਾਰੇ বাজਾਇਆ ਜਾਂਦੇ ਨੇ ਤੋ ਸਤਗੁਰ ਪਾਤਸ਼ਾਹ ਜੀ ਨੇ ਕਿਹਾ ਸੀਗਾ ਕਿ ਜਿਹੜੀ ਅਨੰਦਪੁਰ ਸਾਹਿਬ ਦੀ ਧਰਤੀ ਹੈ ਨਾ ਇਹੀ ਸਾਡੇ ਰਾਜ ਦਾ ਪ੍ਰਤੀਕ ਹੈ ਕਿਉਂਕਿ ਇਹ ਸਾਡੇ ਪਿਤਾ ਦੀ ਜ਼ਰਖਰੀ ਦੀ ਧਰਤੀ ਹੈ ਅਸੀਂ ਇੱਥੇ ਕਿਸੇ ਕੋਲ ਡਰ ਕੇ ਨਹੀਂ ਆਪਣਾ ਰਾਜ ਕਾਇਮ ਕਰਕੇ ਰਹਿਣਾ ਹੈ ਤਾਂ ਇਸੇ ਕਰਕੇ ਅੱਜ ਹਰ ਗੁਰਗ ਸਿੱਖ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਆਨੰਦਪੁਰ ਦਾ ਵਾਸੀ ਆਂ ਭਾਵ ਇੱਕ ਆਜ਼ਾਦ ਨਗਰੀ ਦਾ ਮੈਂ ਵਾਸੀ ਆਂ ਯਾਨੀ ਕਿ ਸਾਡੇ ਪਾਸ ਕਨਸੈਪਟ ਸਾਰੇ ਹੀ ਆਜ਼ਾਦੀ ਦੇ ਨੇ ਅਰਦਾਸ ਵੀ ਅਸੀਂ ਕਰਦੇ ਹਾਂ ਰਾਜ ਕਰੇਗਾ ਖਾਲਸਾ ਆਕੀ ਤੇ ਕੀ ਆਪਾਂ ਸਿਰਫ ਪੜਨ ਦੇ ਲਈ ਅਰਦਾਸ ਕਰਦੇ ਹਾਂ ਇਹੋ ਹੀ ਗੱਲ ਅੱਜ ਦੀ ਇੰਟਰਵਿਊ ਦੇ ਵਿੱਚ ਵੀ ਤੁਸੀਂ ਸੁਣੋਗੇ ਕਿਉਂਕਿ ਇਹ ਹੀ ਪ੍ਰਸ਼ਨ ਮੈਂ ਕਵਰਪਾਲ ਸਿੰਘ ਸਾਹਿਬ ਨੂੰ ਕੀਤਾ ਜਿਹੜੇ ਦਲ ਖਾਲਸਾ ਦੇ ਨੇ ਜਿਹੜੇ ਰਾਜ ਪ੍ਰਾਪਤੀ ਦੇ ਲਈ ਲੜ ਰਹੇ ਨੇ ਔਰ ਮੈਨੂੰ ਖੁਸ਼ੀ ਹੋਈ ਕਿ ਪੰਜਾਬ ਦੇ ਵਿੱਚ ਇਸ ਵਕਤ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਉਹ ਕਾਫੀ ਹੱਦ ਤੱਕ ਜਾਗਰੂਕ ਹੋ ਚੁੱਕੀਆਂ ਨੇ ਤਾਂ ਸਤਿਗੁਰੂ ਜੀ ਨੇ ਉਸ ਵਕਤ ਇਹ ਜਿਹੜੀਆਂ ਸਾਰੀਆਂ ਗੱਲਾਂ ਕੀਤੀਆਂ ਔਰ ਕਿਲੇ ਉਹ ਸਾਰੇ ਜਾਣਾ ਕਿਉਂਕਿ ਅਨੰਦਪੁਰ ਸਾਹਿਬ ਦੇ ਵਿੱਚ 6 ਕਿਲੇ ਸਾਰੇ ਗਏ ਔਰ ਇਹ ਛੇ ਕੁਲੇਨ ਦਾ ਨਿਰਮਾਣ ਹੀ ਇੱਕ ਰਾਜ ਦਾ ਪ੍ਰਤੀਕ ਸੀ ਆਪਾਂ ਸਾਰੇ ਜਾਣਦੇ ਆ ਪਰ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਲਾਲ ਕਿਲੇ ਬਾਰੇ ਤਾਂ ਦੱਸ ਸਕੇ ਪੁਰਾਣੇ ਕਿਲੇ ਬਾਰੇ ਤਾਂ ਦੱਸ ਸਕੇ ਕਿ ਉਹ ਲਾਲ ਕਿਲਾ ਆਗਰੇ ਵਿੱਚ ਵੀ ਹੈ ਦਿੱਲੀ ਦੇ ਵਿੱਚ ਹੀ ਹੈ ਪਰ ਜਿਹੜੇ ਏਡੇ ਮਹਾਨ ਆਨੰਦਪੁਰ ਸਾਹਿਬ ਦੇ ਉਹ ਕਿਲੇ ਲੋਗੜ ਦਾ ਕਿਲਾ ਹੋਲਗੜ ਦਾ ਕਿਲਾ ਕੇਸਗੜ ਦਾ ਕਿਲਾ ਨਿਰਮੋਗੜ ਦਾ ਕਿਲਾ ਇਲਾਕਾ ਕਿਲਾ ਬਾਰੇ ਆਪਾਂ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਜਾਣਕਾਰੀ ਦੇ ਰਹੇ ਤਾਂ ਇੱਕ ਸਾਡੇ ਰਾਜ ਦਾ ਅਖਰ ਇਹੀ ਗੱਲਾਂ ਆਪਾਂ ਆਪਣੇ ਬੱਚਿਆਂ ਨੂੰ ਨਹੀਂ ਦੱਸਾਂਗੇ ਤਾਂ ਕਿਸ ਤਰ੍ਹਾਂ ਆਪਣੇ ਬੱਚਿਆਂ ਦੇ ਕਦਮ ਅਸੀਂ ਇੱਕ ਆਜ਼ਾਦ ਰਾਜ ਦੇ ਵੱਲ ਵਧਾਵਾਂਗੇ ਤੋ ਉਸ ਵਕਤ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਹੁਣਾਂ ਨੇ ਉਸ ਮੁਖਲਿਸਪੁਰ ਵਿਖੇ ਇੱਕ ਕਿਲਾ ਜਿਹੜਾ ਸੀਗਾ ਇਸ ਕਿਲੇ ਉੱਪਰ ਕੇਸਰੀ ਨਿਸ਼ਾਨ ਚੁਲਾਇਆ ਔਰ ਉਹ ਯਾਨੀ ਕਿ ਕੇਸਰੀ ਨਿਸ਼ਾਨ ਦਾ ਚੁਲਾਇਆ ਜਾਣਾ ਸਭ ਤੋਂ ਪਹਿਲਾਂ ਇੱਕ ਰਾਜ ਦੀ ਪ੍ਰਾਪਤੀ ਦਾ ਪ੍ਰਤੀਕ ਸੀ ਔਰ ਉਸ ਵਕਤ ਜਿੱਥੇ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਨੇ ਸਿੱਖ ਰਾਜ قائم ਕੀਤਾ ਉੱਥੇ ਬਕਾਇਦਾ ਸਿੱਖਾਂ ਦਾ ਫਿਰ ਸਿੱਕਾ ਚਲਾਇਆ ਗਿਆ ਔਰ ਉਸ ਸਿੱਕੇ ਦੇ ਉੱਤੇ ਜਿਹੜੀ ਸਾਡੀ ਟਕਸਾਲ ਸੀ ਪਹਿਲੀ ਜਿੱਥੇ ਸਿੱਕੇ ਘੜੇ ਜਾਂਦੇ ਨੇ ਉੱਥੇ ਸਭ ਤੋਂ ਪਹਿਲਾਂ ਲਿਖਿਆ ਗਿਆ ਕਿ ਸikka zad arda alam te gaye nanak sahib ast ਇਸ ਸਿੱਕੇ ਦੇ ਇੱਕ ਪਾਸੇ ਲਿਖਿਆ ਜਾਂਦਾ ਸੀ ਦੂਜੇ ਪਾਸੇ ਲਿਖਿਆ ਜਾਂਦਾ ਸੀ ਫਤਿਹ ਗੋਬਿੰਦ ਸਿੰਘ ਸ਼ਾਹ ਸ਼ਾਹਨ ਸ਼ਾਹ ਫੌਜ਼ਲ ਇਵਚ ਸੱਚ ਸਾਹਿਬ ਅਸਤ ਔਰ ਉਸ ਤੋਂ ਬਾਅਦ ਜਿਹੜਾ ਸਿੱਕਾ ਉਸਾਰਿਆ ਗਿਆ ਉਸ ਸਿੱਕੇ ਦੀ ਜਿਹੜੀ ਸਹੀ ਵਾਰਡਿੰਗ ਬਾਦ ਦੇ ਵਿੱਚ ਲਿਖੀ ਗਈ ਉਹ ਸੀ ਦੇਗੋ ਤੇਗੋ ਨੁਸਰਤ ਬੇਦਰੰਗ ਇਸ ਸਿੱਕੇ ਦੇ ਇੱਕ ਪਾਸੇ ਲਿਖਿਆ ਜਾਂਦਾ ਸੀ ਉੱਪਰ ਦੇਗੋ ਤੇਗੋ Nusrat Be-derang Yaft Asnanak Guru Gobind Singh ਤਾਂ ਸਿੱਕਾ ਚਲਾਇਆ ਜਾਣਾ ਹੀ ਹੈ ਜ਼ਾਹਿਰ ਤੌਰ ਉਪਰ ਜਿਸ ਦੇ ਕੋਲ ਰਾਜ ਹੈ ਉਸ ਦੇ ਕੋਲ ਆਪਣੀ ਕਰੰਸੀ ਤਾਂ ਹੋਏਗੀ ਕਿਉਂਕਿ ਰਾਜ ਹੈ ਕਰੰਸੀ ਹੈ ਤਾਂ ਪਹਿਲੀ ਗੱਲ ਸਭ ਤੋਂ ਵੱਡਾ ਰਾਜ ਦਾ ਪ੍ਰਤੀਕ ਹੈ ਤੁਹਾਡਾ ਨਿਸ਼ਾਨ ਉਹਨਾਂ ਨੇ ਉਸ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਫਰਾ ਦਿੱਤਾ ਆਪਣੀ ਕਰੰਸੀ ਜਾਰੀ ਕੀਤੀ ਗਈ ਔਰ ਸਰਹੰਦ ਦਾ ਯਾਨੀ ਕਿ ਸਿੱਖ ਰਾਜ ਦਾ ਪਹਿਲਾ ਗਵਰਨਰ ਬਾਬਾ ਸਾਹਿਬ ਬਾਬਾ ਬਾਜ ਸਿੰਘ ਸਾਹਿਬ ਨੂੰ ਬਣਾਇਆ ਗਿਆ ਨਾਇਬ ਤਹਿਸੀਲਦਾਰ ਜਾਂ ਜਿਹਨੂੰ ਆਪਾਂ ਨਾਇਬ ਗਵਰਨਰ ਕਹਿ ਸਕਦੇ ਹਾਂ ਉਹ ਬਾਬਾ ਅਲੀ ਸਿੰਘ ਸਾਹਿਬ ਜੀ ਨੂੰ ਬਣਾਇਆ ਗਿਆ ਤੋ ਇਸ ਤਰੀਕੇ ਦੇ ਨਾਲ ਸਰਹੰਦ ਦੇ ਕਿਲੇ ਦੇ ਉੱਤੇ ਜੋ ਕੇਸਰੀ ਨਿਸ਼ਾਨ ਝੂਲਿਆ ਮੈਂ ਕਹਾਂਗਾ ਕਿ ਇਹ ਜਿਹੜਾ ਹਫਤਾ ਹੈ ਜਿਹੜਾ ਆਪਾਂ ਇਸ ਹਫਤੇ ਨੂੰ ਇਸ ਨੂੰ ਆਪਾਂ ਖਾਲਸੇ ਦੇ ਆਜ਼ਾਦੀ ਦੇ ਜਿਸ ਤਰ੍ਹਾਂ ਕਿ ਅਸੀਂ 29 ਅਪ੍ਰੈਲ 29 ਨੂੰ ਤਰੀਕ ਨੂੰ 29 ਅਪ੍ਰੈਲ ਨੂੰ ਇੱਥੇ ਹੀ ਬੈਠ ਕੇ ਸਤਕਾਰਯੋਗ ਡੇਲੇਵਾਲ ਸਾਹਿਬ ਵੀ ਆਏ ਸਨ ਹੋਰ ਵੀ ਜਿਹੜੇ ਮੋਤਬਰ ਸਿੰਘ ਆਏ ਹੋਏ ਸਨ ਸਾਰਿਆਂ ਨੇ ਅਸੀਂ ਬੈਠ ਕੇ ਉਸ ਦਿਨ ਖਾਲਸਾ ਦਾ ਜਿਹੜਾ ਖਾਲਸਾ ਰਾਜ ਦਾ ਆਜ਼ਾਦ ਰਾਜ ਦਾ ਐਲਾਨਨਾਮਾ ਮਨਾਇਆ ਸੀ ਮੁਬਾਰਕ ਗੱਲ ਹੈ ਚੰਗੀ ਗੱਲ ਹੈ ਲੇਕਿਨ ਕੀ ਆਪਾਂ ਇਸ ਹਫਤੇ ਨੂੰ ਜਦੋਂ ਪਹਿਲੀ ਵਾਰੀ ਖਾਲਸੇ ਦਾ ਕੇਸਰੀ ਨਿਸ਼ਾਨ ਇੱਕ ਕਿਲੇ ਉੱਪਰ ਝੁਲਿਆ ਜਦੋਂ ਸਿੱਕਾ ਜਾਰੀ ਕੀਤਾ ਗਿਆ ਬਾਕਾਇਦਾ ਪੰਜਾਬ ਦਾ ਜੇ ਖਾਲਸਾ ਰਾਜ ਦਾ گورنر ਜਿਹੜਾ ਸਭ ਤੋਂ ਪਹਿਲਾਂ ਬਾਬਾ ਸਾਹਿਬ ਬਾਬਾ ਬਾਜ ਸਿੰਘ ਸਾਹਿਬ ਜੀ ਨੂੰ ਬਣਾਇਆ ਗਿਆ ਤਾਂ ਆਪਾਂ ਇਹ ਹਫਤਾ ਜਿਵੇਂ ਆਪਾਂ ਅਗਲਾ ਹਫਤਾ ਸ਼ਹਾਦਤ ਹਫਤੇ ਵਜੋਂ ਮਨਾ ਰਹੇ ਹਾਂ ਕਿਉਂਕਿ ਜੂਨ ਦਾ ਜਿਹੜਾ ਮਹੀਨਾ ਆ ਰਿਹਾ ਮਹੀਨਾ ਹਫਤਾ ਨਹੀਂ ਜੂਨ ਦਾ ਜਿਹੜਾ ਮਹੀਨਾ ਆ ਰਿਹਾ ਉਹ ਸ਼ਹਾਦਤ ਮਹੀਨੇ ਵਜੋਂ ਮਨਾਇਆ ਜਾਣਾ ਹੈ ਤਾਂ ਪੂਰੀ ਤਰ੍ਹਾਂ ਦੇ ਨਾਲ ਆਪਾਂ ਉਹਨਾਂ ਸ਼ਹੀਦਾਂ ਦੀ ਗੱਲ ਕਰਾਂਗੇ ਮੈਂ ਆਪ ਜੀ ਨੂੰ ਇਹਦੇ ਵਿੱਚ ਆਪਣੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਮਰੇਸ਼ ਨੂੰ ਚਰਵਾਰ ਰੋ ਸ਼ੁੱਕਰਵਾਰ ਵਾਲੇ ਦਿਨ ਪ੍ਰੋਗਰਾਮ ਹੋਣਗੇ ਜੂਨ ਦੇ ਮਹੀਨੇ ਦੇ ਵਿੱਚ ਮੈਂ ਕੁਝ ਖਾਸ ਗੱਲਾਂ ਆਪ ਜੀ ਤੱਕ ਲੈ ਕੇ ਆਵਾਂਗਾ ਕਿਉਂਕਿ ਸਤਗੁਰ ਪਾਤਸ਼ਾਹ ਦੀ ਸ਼ਹਾਦਤ ਤਾਂ ਹੈ ਹੀ ਹੈ ਲੇਕਿਨ ਜੂਨ ਦਾ ਉਹ ਮਹੀਨਾ ਆਪਾਂ ਕਿਵੇਂ ਭੁੱਲ ਸਕਦੇ ਹਾਂ ਜਿਸ ਦਿਨ ਵਕਤ ਦੇ ਹਾਕਮਾਂ ਨੇ ਆਪਣੇ ਫੌਜਾਂ ਨਾਪਾਕ ਫੌਜਾਂ ਦੇ ਕਦਮ ਉਸ ਪਾਕ ਦਹਲੀਜ਼ ਦੇ ਬਲ ਕਰਕੇ ਭੇਜੇ ਸਨ ਜਿਸ ਪਾਕ ਦਹਲੀਜ਼ ਦੇ ਬਲ ਹਰ ਸਿੱਖ ਆਪਣਾ ਸਜਦਾ ਕਰਦਾ ਹੈ ਰਮੰਦਰ ਸਾਹਿਬ ਉਸੇ ਅਕਾਲ ਤਖਤ ਸਾਹਿਬ ਇਸ ਆਕਾਸ਼ੀ ਭੁੱਲ ਨਹੀਂ ਸਕਦੇ ਔਰ ਇਸ ਦੇ ਨਾਲ ਜਿਹੜੀਆਂ ਸਾਡੀਆਂ ਬੀਤੀਆਂ ਯਾਦਾਂ ਨੇ ਉਹਨਾਂ ਯਾਦਾਂ ਨੂੰ ਤਾਜ਼ਾ ਰੱਖਣਾ ਇਹ ਸਾਡਾ ਕਰਮ ਹੈ ਇੱਕ ਅਗਰ ਅਸੀਂ ਪ੍ਰੈਸ ਦੇ ਰਾਹੀਂ ਅਗਰ ਅਸੀਂ ਇਸ ਸੰਗਤ ਟੈਲੀਵਿਜ਼ਨ ਦੇ ਮਾਧਿਅਮ ਦੇ ਰਾਹੀਂ ਆਪ ਜੀ ਦੇ ਨਾਲ ਰੂਬਰੂ ਹੋ ਰਹੇ ਹਾਂ ਤਾਂ ਉਸ ਰੂਬਰੂ ਹੋਣ ਦਾ ਮਤਲਬ ਹੀ ਇਹ ਹੈ ਕਿ ਸੱਚ ਦੇ ਕੁਝ ਤੱਥ ਆਪ ਜੀ ਤੱਕ ਇਸ ਪੱਖੋਂ ਪਹੁੰਚਾਏ ਜਾਣ ਤਾਂ ਕਿ ਆਪਾਂ ਆਪਣੇ ਉਸ ਜ਼ਖਮਾਂ ਨੂੰ ਅੱਲੇ ਰੱਖ ਸਕੀਏ ਇਹਨਾਂ ਜ਼ਖਮਾਂ ਨੂੰ ਆਪਾਂ ਹਰੇ ਰੱਖ ਸਕੀਏ ਤਾਂ ਕਿ ਆਪਣੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਜਾਣ ਸਕਣ ਕਿ ਕਿਵੇਂ ਸਾਡੇ ਨਾਲ ਕਿਹੜੇ ਕਿਹੜੇ ਜ਼ੁਲਮ ਹੋਏ ਔਰ ਕਿਸ ਕਿਸ ਵਕਤ ਦੀ ਸਰਕਾਰ ਨੇ ਕਿਵੇਂ ਕਿਵੇਂ ਔਰ ਸਿੱਖਾਂ ਦੇ ਨਾਲ ਹੀ ਇਹਨੇ ਜ਼ੁਲਮ ਕਿਉਂ ਹੋਏ ਸਿੱਖਾਂ ਦੇ ਨਾਲ ਹੀ ਹਰ ਯੁੱਗ ਦੇ ਵਿੱਚ ਹਰ ਸਮੇਂ ਦੇ ਵਿੱਚ ਇਹ ਨਿਤਸੀਹੇ ਇਹਨੇ ਝੂਠੇ ਪੁਲਸ ਮੁਕਾਬਲੇ ਇਹਨੀਆਂ ਸ਼ਹਾਦਤਾਂ ਔਰ ਫਿਰ ਸ਼ਹਾਦਤਾਂ ਹੁਣ ਤੋਂ ਬਾਅਦ ਸ਼ਹੀਦ ਦੀ ਜਿਹੜੀ ਆ ਖਿਮਾ ਕਰਨੀ ਮੈਂ ਖਿਮਾ ਮੰਗ ਕੇ ਗੱਲ ਕਰ ਰਿਹਾ ਕਿ ਆ ਸੁਦਾਮ ਹੁਸੈਨ ਖਿਮਾ ਕਰਨੀ ਅਲਾਦਿਨ ਜਿਹੜਾ ਬਿਨ ਲਾਦਨ ਹੈ ਉਸਾਵਾ ਬਿਨ ਲਾਦਨ ਇਸ ਨੂੰ ਮਾਰਿਆ ਅਮਰੀਕੀ ਫੌਜਾਂ ਨੇ ਤੇ ਤਿਗ ਵਿਜੇ ਸਿੰਘ ਨਾਮ ਦਾ ਇੱਕ ਕਾਂਗਰਸੀ ਲੀਡਰ ਹੈ ਉਸ ਤਿਗ ਵਿਜੇ ਸਿੰਘ ਨੇ ਉਸਨੇ ਉਸਾਵਾ ਨੂੰ ਉਸਾਵਾ ਜੀ ਕਹਿੰਦਾ ਤੇ ਇਹਨਾਂ ਰੋਲਾ ਪਾਇਆ ਗਿਆ ਉਸامہ ਜੀ ਕਹਿਣ ਦੇ ਉਤੇ ਇਹਨਾਂ ਰੋਲਾ ਪਾਇਆ ਗਿਆ ਤਾਂ ਖਿਮਾ ਕਰਨੀ ਸਾਡੀਆਂ ਜਿਹੜੀਆਂ ਸ਼ਹੀਦਾਂ ਦੀਆਂ ਲਾਸ਼ਾਂ ਸਨ ਉਹਨਾਂ ਨੂੰ ਲਾवारिस ਕਹਿ ਕੇ ਦਫਨਾਇਆ ਗਿਆ ਇਹਨਾਂ ਨੂੰ ਜੀ ਦੀ ਕੀ ਮਹੱਤਤਾ ਪਤਾ ਹੈ ਜਿਨ੍ਹਾਂ ਸ਼ਹੀਦਾਂ ਨੂੰ ਉਹ ਕਹਿੰਦਾ ਕਿ ਫਿਰ ਉਸ ਤੋਂ ਬਾਅਦ ਉਸੇ ਧਿਗਵਜੇ ਸਿੰਘ ਨੇ ਕਿਹਾ ਕਿ ਮਰਨ ਵਾਲਾ ਕੋਈ ਵੀ ਹੋਵੇ ਭਾਵੇਂ ਉਹ ਵੱਡੇ ਤੋਂ ਵੱਡਾ ਟੈਰਰਿਸਟ ਹੋਵੇ ਕਿਉਂਕਿ ਉਸ ਨੂੰ ਸਮੁੰਦਰ ਵਿੱਚ ਨਹੀਂ ਸੀ ਦਫਨਾਇਆ ਜਾਣਾ ਚਾਹੀਦਾ ਉਸ ਨੂੰ ਪੂਰੇ ਉਸ ਦੇ ਧਰਮ ਦੇ ਸਤਕਾਰ ਸਹਿਤ ਦਫਨਾਇਆ ਜਾਣਾ ਚਾਹੀਦਾ ਸੀ ਤੇ ਸਾਰੀ ਕਾਂਗਰਸ ਵੀ ਟੁੱਟੀ ਮੈਂ ਕਹਿੰਦਾ ਉਹਨੇ ਚੰਗੀ ਗੱਲ ਕੀਤੀ ਹੈ ਜਿਹੜਾ ਉਹਨੇ ਕਿਹਾ ਲੇਕਿਨ ਇਸ ਗੱਲ ਨੂੰ ਉਹਨੇ ਉਸ ਵਕਤ ਕਿਉਂ ਨਹੀਂ ਕਿਹਾ ਜਦੋਂ ਐਨੇ ਸਿੰਘ ਸ਼ਹੀਦ ਹੋਏ ਔਰ ਉਹਨਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਹਿ ਕੇ ਕਿ ਸਿੰਘ ਸਿੱਖ ਲਾਵਾਰਸ ਹੈ ਜਿਸ ਦਾ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਵੇ ਜਿਸ ਦੀ ਮਾਤ ਮਾਤ ਸਾਹਿਬ ਦੇਵਾ ਹੋਵੇ ਜਿਸ ਦਾ ਠਿਕਾਣਾ ਆਨੰਦਪੁਰ ਸਾਹਿਬ ਹੋਵੇ ਉਹ ਸਿੱਖ ਦੇ ਭਾਵੇਂ ਦੁਨਿਆਵੀ ਮਾਂ-ਬਾਪ ਨਾ ਵੀ ਹੋਣ ਮੈਂ ਕਹਿੰਦਾ ਫਿਰ ਵੀ ਉਹ ਲਾਵਾਰਸ ਕਦੀ ਨਹੀਂ ਹੈ ਉਹ ਉਹਨਾਂ ਦੀਆਂ ਲਾਸ਼ਾਂ ਸਿੱਖਾਂ ਦੇ ਵਾਲੇ ਕੀਤੀਆਂ ਜਾਣੀਆਂ ਚਾਹੀਦੀਆਂ ਸਨ ਸਿੱਖ ਕਦੀ ਵੀ ਖਿਮਾ ਕਰਨੀ ਲਾਵਾਰਸ ਨਹੀਂ ਹੈ جس نے ਸਾਡੇ ਸਤਿਗੁਰੂ ਜੀ ਗੁਰਗ੍ਰੰਥ ਸਾਹਿਬ ਜੀ ਸਾਡੇ ਸਿਰ ਉਪਰ ਮੌਜੂਦ ਨੇ 나ਥੋਂ ਕੇ 나ਥ ਜਿਹਨੂੰ ਕਿਹਾ ਗਿਆ ਯਾਨੀ ਕਿ ਸਿੱਖ ਤਾਂ ਕਦੀ ਅਨਾਥ ਹੋਈ ਨਹੀਂ ਸਕਦਾ ਸਿੱਖ ਤਾਂ ਕਦੀ ਲਾवारिस ਹੋਈ ਨਹੀਂ ਸਕਦਾ ਇਹ ਇੱਕ ਤਰਸਦੀ ਹੈ ਸਾਡੇ ਨਾਲ ਅੱਜ ਉਸ ਨੂੰ ਤਾਂ ਕਿਹਾ ਜਾਂਦਾ ਕਿ ਉਸਾਵਾਂ ਮਿਲਾ ਦਿੰਦਾ ਸਸਕਾਰ ਉਹਦੇ ਧਰਮ ਦੇ ਸਤਕਾਰ ਨਾਲ ਹੋਣਾ ਚਾਹੀਦਾ ਸੀ ਇਹ ਧਿਗ ਵਿਜੇ ਸਿੰਘ ਉਦੋਂ ਕਿੱਥੇ ਗਿਆ ਹੋਇਆ ਸੀ ਜਦੋਂ ਇਨੀਆਂ ਲਾਸ਼ਾਂ ਲਾवारिस ਕਹਿ ਕੇ ਦਫਨਾ ਦਿੱਤੀਆਂ ਗਈਆਂ ਇਹ ਸਾਰੀਆਂ ਦੀ ਸਾਰੀਆਂ ਨਿਸ਼ਾਨੀਆਂ ਗੁਲਾਮੀ ਦੀਆਂ ਨੇ ਹੋਰ ਕੋਈ ਨਹੀਂ ਹੈ। ਤੋਂ ਇਸ ਪੱਖੋਂ ਪਲੀਜ਼ ਸਾਡੇ ਉੱਪਰ ਜਿਹੜੇ ਕਿੰਤੂ ਪ੍ਰੰਤੂ ਕਰਦੇ ਨੇ ਮੈਨੂੰ ਕਈ ਵਾਰ ਉਹਨਾਂ ਉੱਤੇ ਥੋੜਾ ਜਿਹਾ ਆ ਵੀ ਜਾਂਦਾ ਹੈ ਕਿ ਕੀ ਹੁਣ ਕਰ ਸਕਦੇ ਆ ਇਹਨਾਂ ਲੋਕਾਂ ਦਾ ਛੋਟੇ-ਛੋਟੇ ਗੱਲ ਪਿੱਛੇ ਕਿੰਤੂ ਪ੍ਰੰਤੂ ਕਰਨ ਵਾਲੇ ਸਾਨੂੰ ਛੋਟੇ-ਛੋਟੇ ਗੱਲ ਪਿੱਛੇ ਧਮਕੀਆਂ ਦੇਣ ਵਾਲੇ ਇਹਨਾਂ ਨੂੰ ਇਹ ਨਹੀਂ ਨਜ਼ਰ ਆਉਂਦੇ ਜਿਹੜੇ ਕਿ ਸਾਡੇ ਸਿੱਖਾਂ ਦੇ ਨਾਲ ਇੰਨੀ ਬੇਇਨਸਾਫੀ ਹੋ ਰਹੀ ਹੈ। ਤੋਂ 5 ਜੂਨ ਦਾ ਜਿਹੜਾ ਅਗਲਾ ਮਹੀਨਾ ਹੈ ਉਹ ਆਪਾਂ ਬੇਇਨਸਾਫੀ ਦੇ ਰੂਪ ਦੇ ਵਿੱਚ ਮਨਾਉਣਾ ਹੈ ਜਿਹੜੀਆਂ ਸਿੱਖਾਂ ਦੇ ਨਾਲ ਹੋਈਆਂ ਔਰ ਇਸ ਦੇ ਲਈ ਸਾਰੇ ਖੋਜ ਭਰਪੂਰ ਪ੍ਰੋ ਇਹ ਜਿਹੜਾ ਹਫਤਾ ਹੈ ਇਸ ਸਤਕਾਰ ਸਹਿਤ ਜਿਹੜਾ ਲੰਘਿਆ ਹੈ ਇਹ ਹਫਤਾ ਸਾਡੀ ਉਸ ਰਾਜ ਦਾ ਪ੍ਰਤੀਕ ਹੈ ਚੱਪੜਚੀੜੀ ਦੀ جنگ ਹੋਈ ਔਰ ਇਸ جنگ ਦੇ ਵਿੱਚ ਵਜ਼ੀਰ ਖਾਨ ਨੂੰ ਮਾਰਿਆ ਗਿਆ ਬਾਬਾ ਸਾਬਾ ਬਾਬਾ ਬੰਦਾ ਸਿੰਘ ਸਾਹਿਬ ਜੀ ਨੇ ਉਸ ਕੇਲੇ ਦੇ ਉੱਤੇ ਕੇਸਰੀ ਨਿਸ਼ਾਨ ਸੁਲਾ ਕੇ ਬਕਾਇਦਾ ਸਿੱਕਾ ਜਾਰੀ ਕੀਤਾ ਜਿਸ ਦੇ ਬਾਰੇ ਮੈਂ ਆਪ ਜੀ ਨੂੰ ਦੱਸ ਸਕਿਆ ਔਰ ਬਾਬਾ ਸਿੰਘ ਸਾਹਿਬ ਜੀ ਪਹਿਲੇ ਸਾਡੇ ਗਵਰਨਰ ਥਾਪੇ ਗਏ ਤਾਂ ਇਹ ਸਾਡੇ ਇੱਕ ਇਤਿਹਾਸ ਦੀਆਂ ਉਹ ਵਨੰਗੀਆਂ ਨੇ ਜਿਨ੍ਹਾਂ ਨੂੰ ਇਸ ਕਰਕੇ ਵੀ ਕਿਉਂਕਿ ਦਾਸਤਾ ਜਿਹੜਾ ਵੀ ਪ੍ਰੋਗਰਾਮ ਹੁੰਦਾ ਹਫਤੇ ਦੇ ਵਿੱਚ ਜਿਹੜਾ ਵੀ ਮubarak ਕੋਈ ਮੌਕਾ ਹੁੰਦਾ ਜਾਂ ਦਿਨ ਦਿਹਾੜਾ ਹੁੰਦਾ ਤਾਂ ਉਸ ਦਿਨ ਦਿਹਾੜੀ ਪਿੱਛੇ ਵੀ ਮੈਂ ਆਪ ਜੀ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਉਹਦੀ ਇਤਿਹਾਸਕ ਮਹੱਤਤਾ ਕਿ ਅਗਲੇ ਹਫਤੇ ਆਪਾਂ ਜਿਹੜਾ ਨਵਾਂ ਸੜਾ ਮਹੀਨਾ ਚੜ ਰਿਹਾ ਹੈ ਉਸ ਨਵੇਂ ਮਹੀਨੇ ਦੇ ਬਾਬਤ ਵੀ ਆਪਾਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ